ਮੈਥਮੈਟਿਕਸ ਭਾਵ ਗਣਿਤ ਬਹੁਤ ਮਜ਼ੇਦਾਰ ਹੈ ਜੇਕਰ ਅਸੀਂ ਇਸ ਨੂੰ ਅਸਲ ਜ਼ਿੰਦਗੀ ਦੇ ਨਾਲ ਰਿਲੇਟ ਕਰ ਸਕੀਏ। ਇੱਕ ਕੈਲੰਡਰ ਵਿੱਚ ਅਦਭੁਤ ਨੰਬਰ ਪੈਟਰਨਸ ਹੁੰਦੇ ਹਨ। ਇਹ ਜਨਵਰੀ 2012 ਦਾ ਕੈਲੰਡਰ ਹੈ। ਤੁਸੀਂ ਕਿਸੇ ਵੀ ਸਾਲ ਦੇ ਕਿਸੇ ਵੀ ਮਹੀਨੇ ਦੇ ਕੈਲੰਡਰ ਦਾ ਇਸਤੇਮਾਲ ਕਰ ਸਕਦੇ ਹੋ। ਇੱਕ ਕੈਲੰਡਰ ਵਿੱਚ ਮਜ਼ੇਦਾਰ ਨੰਬਰ ਪੈਟਰਨ ਹੁੰਦੇ ਹਨ ਅਤੇ ਅਸੀਂ ਇਹਨਾਂ ਵਿੱਚੋਂ ਕੁਝ ਵੀ ਖੋਜ ਕਰਾਂਗੇ, ਕੁਝ ਦੀ ਖੋਜ ਕਰਾਂਗੇ। ਤੁਸੀਂ ਪਹਿਲੇ ਵਰਟੀਕਲ ਕੋਲਮ ਨੂੰ ਦੇਖੋ, ਇਸ ਵਿੱਚ 7 ਨੰਬਰ ਹਨ ਕਿਉਂਕਿ ਹਫ਼ਤੇ ਵਿੱਚ 7 ਦਿਨ ਹੁੰਦੇ ਹਨ। ਅਸੀਂ ਇੱਕ ਮਾਸਕ ਰੱਖਾਂਗੇ ਤਾਂ ਜੋ ਇਹਨਾਂ 7 ਨੰਬਰਸ ਨੂੰ ਵੱਖਰਾ ਵਿਖਾਇਆ ਜਾ ਸਕੇ। ਇਸ ਦੇ ਪਹਿਲੇ ਅਤੇ ਅਖੀਰਲੇ ਨੰਬਰ ਨੂੰ ਦੇਖੋ, ਇੱਕ ਵਿੱਚ 7 ਜਮ੍ਹਾਂ ਕਰਨ 'ਤੇ ਇਸ ਦਾ ਟੋਟਲ 8 ਹੋਵੇਗਾ, ਜਿਹੜਾ ਕਿ ਇਸ ਦੇ ਮੱਧ ਦੇ ਨੰਬਰ ਦਾ ਦੁੱਗਣਾ ਹੋਏਗਾ। ਇਸ ਤਰ੍ਹਾਂ 2+6 ਵੀ 8 ਹੈ, ਜਿਹੜਾ ਕਿ 4 ਦਾ ਡਬਲ ਹੈ, ਅਤੇ 3+5 ਵੀ 8 ਹੈ, ਜਿਹੜਾ ਕਿ 4 ਦਾ ਡਬਲ ਹੈ, ਕਿਉਂਕਿ ਹਫ਼ਤੇ ਵਿੱਚ 7 ਦਿਨ ਹੁੰਦੇ ਹਨ। ਸੋ ਇਸ ਕਰਕੇ ਇਸ ਦਾ 1 ਮਿਡਲ ਨੰਬਰ ਬਣੇਗਾ। ਜੇਕਰ ਤੁਸੀਂ ਇਹਨਾਂ ਸਾਰੇ 7 ਨੰਬਰਸ ਨੂੰ ਐਡ ਕਰਨਾ ਚਾਹੋ ਤਾਂ 4 ਨੂੰ 7 ਦੇ ਨਾਲ ਗੁਣਾ ਕਰ ਸਕਦੇ ਹੋ। ਇਸ ਦਾ ਉੱਤਰ 28 ਹੋਵੇਗਾ। ਹੁਣ ਅਸੀਂ ਇੱਕ ਹੋਰ ਕੋਲਮ ਵੱਲ ਸ਼ਿਫਟ ਕਰਦੇ ਹਾਂ। 22+28 50 ਹੋਵੇਗਾ, ਜਿਹੜਾ ਕਿ ਮਿਡਲ ਨੰਬਰ 25 ਦਾ ਡਬਲ ਹੋਵੇਗਾ। 23+27 ਵੀ 50 ਹੋਏਗਾ, ਡਬਲ ਹੋਏਗਾ 25 ਦਾ। 24+26 ਵੀ 50 ਹੋਵੇਗਾ, ਇੱਕ ਵਾਰ 25 ਦਾ ਡਬਲ ਹੋਏਗਾ। ਇਸ ਕੋਲਮ ਦੇ 7 ਡਿਜਿਟ ਦਾ ਸਮ 25×7 ਇਜ਼ ਇਕੁਅਲ ਟੂ 175 ਹੈ। ਹੁਣ ਇੱਕ ਹੋਰੀਜ਼ੋਂਟਲ ਲਾਈਨ ਵੱਲ ਵੇਖੋ। ਹੁਣ ਇਸ ਮਹੀਨੇ ਦੇ ਸਾਰੇ ਸੋਮਵਾਰ ਨੂੰ ਮੈਂ ਮਾਸਕ ਕਰ ਲਵੋ। 2012 ਜਨਵਰੀ ਦੇ ਮਹੀਨੇ ਵਿੱਚ 5 ਸੋਮਵਾਰ ਹਨ। 2+30 32 ਹੋਵੇਗਾ, ਜਿਹੜਾ ਕਿ 16 ਦਾ ਡਬਲ ਹੋਵੇਗਾ। 16 ਇਸ ਕੋਲਮ ਦਾ ਮਿਡਲ ਨੰਬਰ ਹੈ। ਇਸ ਤਰ੍ਹਾਂ 9+23 ਇਜ਼ ਇਕੁਅਲ ਟੂ 32, ਜਿਹੜਾ ਫਿਰ 16 ਦਾ ਡਬਲ ਹੈ। ਇਹਨਾਂ 5 ਨੰਬਰਸ ਦਾ ਐਵਰੇਜ 16 ਹੋਵੇਗਾ, ਅਤੇ ਇਹਨਾਂ ਦਾ ਜੋ 16×50 ਗੁਣਾ ਹੈ ਉਹ 80 ਹੋਵੇਗਾ। ਜੇਕਰ ਤੁਸੀਂ ਇਸ ਪਾਸੇ ਦੀ ਹੋਰੀਜ਼ੋਂਟਲ ਲਾਈਨ ਵੱਲ ਵੇਖਦੇ ਹੋ ਤਾਂ ਜਨਵਰੀ 2012 ਵਿੱਚ ਸਿਰਫ 4 ਵੀਰਵਾਰ ਹਨ। ਇਸ ਦਾ ਕੋਈ ਮਿਡਲ ਨੰਬਰ ਨਹੀਂ ਹੈ। ਹੁਣ 5+26 ਇਕੁਅਲ ਟੂ 31 ਅਤੇ 12+19 ਵੀ 31 ਹੋਵੇਗਾ। ਹੁਣ ਇਹਨਾਂ ਚਾਰੋਂ ਨੰਬਰਸ ਦਾ ਜੋੜ 31+31 62 ਹੋਵੇਗਾ। ਹੁਣ ਅਸੀਂ ਕੁਝ ਕ੍ਰੋਸ ਡਿਜਿਟਸ ਨੂੰ ਐਗਜ਼ਾਮਿਨ ਕਰਾਂਗੇ। ਹੁਣ ਤੁਸੀਂ 2×2 ਦਾ ਮੈਟ੍ਰਿਕਸ ਲਵੋ। 3+11 ਇਜ਼ ਇਕੁਅਲ ਟੂ 14 ਹੋਵੇਗਾ, 4+10 ਇਜ਼ ਇਕੁਅਲ ਟੂ ਵੀ 14 ਹੋਵੇਗਾ। ਹੁਣ ਹੋਰ 4 ਡਿਜਿਟ ਵੱਲ ਵੇਖੋ। 15+23 ਇਜ਼ ਇਕੁਅਲ ਟੂ 38 ਹੋਵੇਗਾ, 16+22 ਇਜ਼ ਇਕੁਅਲ ਟੂ 38 ਹੋਵੇਗਾ। ਇੱਥੇ ਇਹ ਆਉਂਦਾ ਹੈ ਕਿ ਕ੍ਰੋਸ ਨੰਬਰਸ ਵੀ ਜਮ੍ਹਾਂ ਹੋ ਕੇ ਇੱਕੋ ਨਤੀਜਾ ਦਿੰਦੇ ਹਨ। ਚਲੋ ਹੁਣ ਜ਼ਰਾ ਹੋਰ ਐਡਵੈਂਚਰਸ ਹੁੰਦੇ ਹੋਏ 3×3 ਦੀ ਗ੍ਰਿਡ ਲਗਾ ਕੇ 9 ਡਿਜਿਟ ਲਈਏ। 1+17 ਇਜ਼ ਇਕੁਅਲ ਟੂ 18 ਹੋਵੇਗਾ, ਜੋ ਕਿ ਇਸ ਦਾ ਮਿਡਲ ਨੰਬਰ 9 ਦਾ ਡਬਲ ਹੈ। 15+3 ਇਜ਼ ਇਕੁਅਲ ਟੂ 18, 9 ਦਾ ਡਬਲ ਹੈ। 2+16 ਇਜ਼ ਇਕੁਅਲ ਟੂ 18, ਜਿਹੜਾ ਕਿ 9 ਦਾ ਡਬਲ ਹੈ। 8+10 ਇਜ਼ ਇਕੁਅਲ ਟੂ 18, ਇਹ ਵੀ 9 ਦਾ ਡਬਲ ਹੈ। ਸੋ ਇਹਨਾਂ 9 ਨੰਬਰ ਦਾ ਐਵਰੇਜ, ਇਸ ਦੇ ਮਿਡਲ ਨੰਬਰ 9 ਹੋਵੇਗਾ, ਅਤੇ ਇਹਨਾਂ 9 ਨੰਬਰ ਦਾ ਗੁਣਾ 9×9 81 ਹੋਵੇਗਾ। ਥੋੜ੍ਹੇ ਨੀਚੇ ਵੱਲ ਜਾਓ ਅਤੇ ਤੁਸੀਂ ਹੋਰ 9 ਨੰਬਰਸ ਨੂੰ ਐਗਜ਼ਾਮਿਨ ਕਰ ਸਕਦੇ ਹੋ। 12+28 ਇਜ਼ ਇਕੁਅਲ ਟੂ 40, ਜਿਹੜਾ ਕਿ 20 ਦਾ ਡਬਲ ਹੋਏਗਾ। 14+26 ਇਜ਼ ਇਕੁਅਲ ਟੂ 40, ਫਿਰ ਤੋਂ 20 ਦਾ ਡਬਲ। 13+17 ਇਜ਼ ਇਕੁਅਲ ਟੂ 40, ਡਬਲ ਆਫ 20। 19+21 ਇਜ਼ ਇਕੁਅਲ ਟੂ 40, ਫਿਰ 20 ਦਾ ਡਬਲ। ਇਹਨਾਂ 9 ਨੰਬਰਾਂ ਦਾ ਐਵਰੇਜ 20 ਹੋਵੇਗਾ, ਅਤੇ 20×9 180 ਇਸ ਦਾ ਨਤੀਜਾ ਹੋਵੇਗਾ। ਹੁਣ 2×2 ਦਾ ਗ੍ਰਿਡ ਜਾਂ 3×3 ਦਾ ਗ੍ਰਿਡ ਲੈਣ ਦੀ ਥਾਂ ਇੱਕ ਰੈਕਟੈਂਗੂਲਰ ਗ੍ਰਿਡ ਲਵੋ। ਇਸ ਵਾਰ ਅਸੀਂ 3×4 ਦਾ ਗ੍ਰਿਡ, ਜੋ ਕਿ 12 ਡਿਜਿਟ ਦਾ ਹੈ, 1+18 19 ਹੋਵੇਗਾ, 4+15 19 ਹੋਵੇਗਾ, 2+17 ਫਿਰ 19 ਹੋਵੇਗਾ, 3+16 19 ਹੋਵੇਗਾ, 8+11 19 ਹੋਵੇਗਾ, ਅਤੇ 2 ਮਿਡਲ ਨੰਬਰ 9+10 19 ਹਨ, ਕਿਉਂਕਿ ਇਸ ਵਿੱਚ ਟੋਟਲ 12 ਡਿਜਿਟ ਹਨ ਅਤੇ ਸਾਨੂੰ 6 ਪੇਅਰਸ ਮਿਲ ਜਾਣਗੇ ਜਿਹੜੇ ਕਿ 19 ਦੇ ਹੋਣਗੇ। ਇਹਨਾਂ 12 ਡਿਜਿਟ ਦਾ ਸਮ 12×6 19×6 114 ਹੋਏਗਾ।
ਮੈਥਮੈਟਿਕਸ ਅਸਲ ਵਿੱਚ ਪੈਟਰਨਸ ਨੂੰ ਦੇਖਣਾ ਹੀ ਹੈ। ਕੈਲੰਡਰ ਹਰ ਘਰ ਤੇ ਸਕੂਲ ਵਿੱਚ ਹੁੰਦਾ ਹੈ ਤੇ ਬੱਚੇ ਬਹੁਤ ਸਾਰੇ ਨਵੇਂ ਪੈਟਰਨਸ ਖੋਜ ਸਕਦੇ ਹਨ। ਇਹ ਪ੍ਰੋਗਰਾਮ ਨੰਬਰ ਫਨ ਵਿਦ ਅ ਕੈਲੰਡਰ ਜੋ ਕਿ ਲੇਟ ਸ੍ਰੀ ਪੀ ਕੇ ਸ੍ਰੀਨਿਵਾਸਨ ਨਾਂ ਦੇ ਮਸ਼ਹੂਰ ਮੈਥਮੈਟੀਸ਼ੀਅਨ ਜੋ ਕਿ ਚੇਨਈ ਦੇ ਰਹਿਣ ਵਾਲੇ ਸਨ ਦੇ ਕੰਮਾਂ ਤੇ ਆਧਾਰਿਤ ਹੈ ਤੇ ਬਹੁਤ ਰੋਚਕ